Time is up. Okay. चुप। रोटी ते दाल चावल बेस्ट कॉम्बो। तुसी एक स्टेटस पा रहे कि घर की रोटी लिया रो तो मैं घरों आया मैं लिया नहीं पैक करा उन्होंने असी बोलिया कि जब भी कोई पूछे ना हाउ आर यू तुसी पूछना कि तुसी उन्होंने जवाब देना कि तू पूछ के अंब लेने हैं चलो अगली बार फिर बोलांगी जरूर तानू फोन करांगी अरे श्योर ये हुन गल पक्की हो गई है मतलब कि बंदे नाल तुसी नंबर मांग रहे सो के फाइन मैं दे दांगा वैसे मैं एक बार इंस्टाग्राम च फोटो आ गई फिर दोबारा ना जी नहीं करदा पांदा मैनु लगदा मैं सूट च सब तो बेस्ट लगदी है सूट देखों तो मैं मड़े नहीं बड़ा अच्छा लग रहा गल करके कंटिन्यू करिए आप कि इन्ने च सोचो तुम लाइक थैंक यू इन्नी होर बस होर दस किनिया तारीफा चाहिए तेन बहुत भुख लगी जल्दी भेज क्या ना? हम भूखे से इतना बुला रहे हमें माफ करना देवी तुम्हारा कोई हक नहीं बनता कि तुम इतनी खूबसूरत लगो नॉट फेयर कितना सोना है इतनी वधिया एंकरिंग करता है की नहीं है गाड़ी इतना टैलेंट किवें कोई एक बंदे च किवें हो सकता है यार तो यकीन जा नहीं हो रहा आज तो मेरी नींद नहीं आनी सच्ची सो जिस सितारे दे दल होने से बैठे हैं उनका नाम है सैबी सूरी यस सैबी सूरी मैं सही कहा ना हाँ बिल्कुल सही कहा आधार कार्ड वाला नाम भी यही है हाँ हाँ आधार कार्ड तुसी देखिया हुने कि रियल नेम मेरा सैबी सूरी है ਇਹ ਹੁੰਦਾ ਕਿ ਸਿਤਾਰੇ ਦੇ ਘਰ ਵਾਲੇ ਨੂੰ ਪਤਾ ਹੁੰਦਾ ਤੁਹਾਡੇ ਘਰ ਦੇ ਜਿਹਨੂੰ ਪੰਡਿਤ ਕੋਲ ਨਾਮ ਪੁੱਛਿਆ ਹੋਣਾ ਪੰਡਿਤ ਨੇ ਦੱਸਿਆ ਸੀ ਕਿੰਨੀ ਬੱਚੀ ਨੇ ਹੁਣ ਐਕਟਰ ਬਣਨਾ ਆ ਹਨਾ ਕਿ ਵਧੀਆ ਮਾਡਲ ਬਣ ਜਾਣਾ ਅਤੇ ਉਹਦਾ ਨਾਮ ਇੱਧਰ ਰੱਖੋ ਕਿ ਜਿਹੜਾ ਇੰਡਸਟਰੀ ਵਿੱਚ ਚੱਲੇ ਸ਼ੋਰਟ ਜਿਹਾ ਹਨਾ ਛੋਟਾ ਨਿੱਕਾ ਜਿਹਾ ਜਦ ਮੈਂ ਪੈਦਾ ਹੋਈ ਸੀ ਨਾ ਫਸਟ ਡੇ ਡਾਕਟਰ ਨੇ ਕਿਹਾ ਸੀ ਫੋਰਨਰ ਆਈ ਹੈ ਮੰਮੀ ਦੀ ਮੰਮੀ ਨੂੰ ਵੀ ਨਾ ਐਕਟਿੰਗ ਦਾ ਬੜਾ ਸ਼ੌਂਕ ਸੀ ਅਤੇ ਮੈਨੂੰ ਉਹਨਾਂ ਦਾ ਡ੍ਰੀਮ ਸੀ ਕਿ ਉਹਨਾਂ ਦੀ ਜਿਹੜੀ ਬੇਟੀ ਹੋਵੇ ਉਹ ਵੀ ਐਕਟਿੰਗ ਲਾਈਨ 'ਚ ਹੋਵੇ ਅੱਛਾ ਚਲੋ ਠੀਕ ਹੈ ਉਹ ਡੈਫੀਨੇਟਲੀ ਫਿਰ ਘਰਦਿਆਂ ਸਪੋਰਟ ਤਾਂ ਕੀਤਾ ਬਿਲਕੁਲ ਪੂਰਾ ਸਪੋਰਟ ਸੀ ਕਰਦਿਆਂ ਮੈਨੂੰ ਲੱਗਦਾ ਕਰਦੇ ਦੇ ਸਪੋਰਟ ਦੇ ਬਿਨਾਂ ਅਸੀਂ ਕੁਛ ਨਹੀਂ ਕਰ ਸਕਦੇ ਡੈਫੀਨੇਟਲੀ ਬਟ ਕਈ ਵਾਰ ਹੁੰਦਾ ਨਾ ਕਿਉਂਕਿ ਇਹ ਇੰਡਸਟਰੀ ਇੱਦਾਂ ਹੀ ਆ ਅਤੇ ਘਰਦਿਆਂ ਨੂੰ ਕਿਤੇ ਨਾ ਕਿਤੇ ਡਰ ਹੁੰਦਾ ਕਿ ਹਾਂ ਬੱਚੇ ਨੂੰ ਭੇਜਣਾ ਕਿਉਂਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਹੁੰਦੀਆਂ ਵੀ ਆ ਚਲੋ ਬਟ ਇਹ ਤੁਹਾਡਾ ਮਤਲਬ ਗੁੱਡ ਲੱਕ ਆ ਤੁਹਾਡਾ ਕਿ ਤੁਹਾਡਾ ਪੇਰੈਂਟਸ ਸਾਡੇ ਨਾਲ ਆ ਹੈ ਨਾ ਅੱਛਾ ਇੱਕ ਨਾ ਜਦੋਂ ਤੁਸੀਂ ਹੁਣ ਤੁਹਾਡੀ ਫਸਟ ਡੈਬਿਊ ਫਿਲਮ ਆ ਪਹਿਲਾਂ ਜਿਹੜਾ ਹੁੰਦਾ ਕਿ ਹੈ ਨਾ ਲਾਈਟਸ ਕੈਮਰਾ ਐਕਸ਼ਨ ਇਹ ਹਰ ਇੱਕ ਦੇ ਦਿਮਾਗ ਦੇ ਵਿੱਚ ਹੁੰਦਾ ਹੈ ਨਾ ਲਾਈਟਸ ਕੈਮਰਾ ਐਕਸ਼ਨ ਉਸ ਤੋਂ ਬਾਅਦ ਇੱਕ ਦੁਨੀਆ ਹੀ ਵੱਖਰੀ ਹੋ ਜਾਂਦੀ ਹੈ ਨਾ ਅਤੇ ਉਸ ਦੁਨੀਆ ਦੇ ਵਿੱਚ ਐਂਟਰ ਕਰਨਾ ਕਿ ਹਾਂ ਹੁਣ ਇੱਕ ਵੱਡੀ ਫਿਲਮ ਕਰਨੀ ਹੈ ਨੋ ਡਾਊਟ ਉਪਾਸਾ ਸਿੰਘ ਮੈਮ ਹੈ ਨਾ ਸਮੀਪ ਕੰਗ ਜੀ ਵੱਡੇ ਡਾਇਰੈਕਟਰ ਨੇ ਦੇਵ ਖਰੋੜ ਜੀ ਨੇ ਸੋ ਪਹਿਲਾਂ ਜਦੋਂ ਤੁਸੀਂ ਸੋਚਿਆ ਸੀਗਾ ਫਸਟ ਡੇ ਸ਼ੂਟ ਜਾਣ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਔਨ ਸੈੱਟ ਜਦੋਂ ਫਸਟ ਡੇ ਗਏ ਹੋ ਕੀ ਮੇਰੇ ਮਾਇੰਡ 'ਚ ਇਹੀ ਗੱਲ ਸੀ ਕਿ ਇੰਨੇ ਵਧੀਆ ਵਧੀਆ ਆਰਟਿਸਟ ਹੈ ਸਮੀਪ ਸਰ ਇੰਨੇ ਵਧੀਆ ਡਾਇਰੈਕਟਰ ਨੇ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਅਤੇ ਮੈਨੂੰ ਆਪਣਾ ਬੈਸਟ ਦੇਣਾ ਚਾਹੀਦਾ ਕਿ ਇਹ ਨਹੀਂ ਲੱਗਣਾ ਚਾਹੀਦਾ ਕਿ ਅਸੀਂ ਵੱਡੇ ਆਰਟਿਸਟ ਸੈਬੀ ਨੇ ਅੱਛਾ ਪਰਫੋਰਮ ਨਹੀਂ ਕੀਤਾ ਮੈਂ ਨਹੀਂ ਸੁਣਨਾ ਚਾਹੁੰਦੀ ਸੀ ਤਾਂ ਇਹ ਪ੍ਰੈਸ਼ਰ ਸੀ ਮੇਰੇ ਦਿਮਾਗ 'ਚ ਕਿ ਵਧੀਆ ਪਰਫੋਰਮ ਕੀਤਾ ਅਤੇ ਇਸ ਲਈ ਅਤੇ ਮੈਂ ਫਸਟ ਡੇ ਜਾਂ ਸੈੱਟ 'ਤੇ ਗਈ ਅਤੇ ਸਮੀਪ ਸਰ ਨੂੰ ਮਿਲੀ ਅਤੇ ਇੰਨਾ ਕੰਫਰਟੇਬਲ ਉਹਨਾਂ ਨੇ ਮੈਨੂੰ ਫੀਲ ਕਰਾਇਆ ਕਿ ਨਰਵਸਨੈਸ ਪੂਰੀ ਚਲੀ ਗਈ ਕਿ ਜਦ ਵੀ ਕੋਈ ਕੁਛ ਕਹਿੰਦੀ ਵੀ ਸੀ ਮੈਂ ਉਹਨਾਂ ਨੂੰ ਕਿ ਸਰ ਮੈਂ ਰੀਟੇਕ ਲੈਣਾ ਜਾਂ ਕੁਛ ਜਿਵੇਂ ਤੁਹਾਡੀ ਮਰਜ਼ੀ ਇੰਨੇ ਡਾਊਨ ਟੂ ਅਰਥ ਡਾਇਰੈਕਟਰ ਨੇ ਮਜ਼ਾ ਆ ਗਿਆ ਕੰਮ ਕਰਕੇ ਅੱਛਾ ਕੋਈ ਫਨੀਐਸਟ ਮੂਮੈਂਟ ਲਾਈਕ ਔਨ ਸੈੱਟ ਤੋਂ ਬਾਅਦ ਮਤਲਬ ਕਿ ਕੈਮਰਾ ਤੋਂ ਬਾਅਦ ਵਾਲੀ ਗੱਲ ਹੈ ਜਦੋਂ ਤੁਸੀਂ ਲੰਚ ਕਰਦੇ ਸੀਗੇ ਜਦੋਂ ਹੋਟੇਲ ਜਾਂਦੇ ਸੀਗੇ ਇਹੋ ਜਿਹੀਆਂ ਮੂਮੈਂਟਸ ਹੈਗੀਆਂ ਸੀਗੀਆਂ ਹਾਂ ਡੈਫੀਨੇਟਲੀ ਹੈਡਲੀਨ ਜਿਹੜਾ ਹੈ ਸਾਡੀ ਮੂਵੀ 'ਚ ਇੱਕ ਆਰਟਿਸਟ ਹੈ ਫੋਰਨਰ ਹਾਂ ਉਹ ਬਹੁਤ ਵਧੀਆ ਐਕਟਰ ਹੈ ਉਹ ਅਸੀਂ ਉਹਨਾਂ ਨੂੰ ਨਾ ਇੰਨੀ ਜਲਦੀ ਸਿੱਖਦੇ ਨੇ ਉਹ ਪੰਜਾਬੀ ਅਸੀਂ ਉਹਨਾਂ ਨੂੰ ਬਹੁਤ ਹੀ ਫਨੀ ਜਿਹੀ ਗੱਲ ਸਿਖਾਈ ਕਿ ਜੋ ਵੀ ਪੰਜਾਬੀ ਸਿਖਾਈ ਉਹਨਾਂ ਨੂੰ ਅਸੀਂ ਬੋਲਿਆ ਕਿ ਜਦ ਵੀ ਕੋਈ ਪੁੱਛੇ ਨਾ ਹਾਊ ਆਰ ਯੂ ਤੁਸੀਂ ਪੁੱਛਣਾ ਕਿ ਤੁਸੀਂ ਉਹਨਾਂ ਨੂੰ ਜਵਾਬ ਦੇਣਾ ਕਿ ਤੂੰ ਪੁੱਛ ਕੇ ਅੰਬ ਲੈਣੇ ਆ ਇਹੋ ਜਿਹੀ ਅਸੀਂ ਬਹੁਤ ਫਨੀ ਫਨੀ ਮੂਮੈਂਟਸ ਹੈਡਲੀਨ ਨਾਲ ਕੀਤੀ ਅਤੇ ਬਹੁਤ ਮਜ਼ਾ ਆਇਆ ਅਸੀਂ ਜਦੋਂ ਕਿਉਂਕਿ ਜਦੋਂ ਅੰਗਰੇਜ਼ ਆਉਂਦਾ ਨਾ ਸਾਡੇ ਪੰਜਾਬੀ ਦੀ ਆਦਤ ਹੁੰਦੀ ਪਹਿਲਾਂ ਗਾਲਾਂ ਸਿਖਾਉਂਦੇ ਉਹਨੂੰ ਹਾਂ ਗਾਲਾਂ ਵੀ ਬਹੁਤ ਸਿਖਾਈਆਂ ਅਸੀਂ ਉਹਨੂੰ ਮਤਲਬ ਨਹੀਂ ਪਤਾ ਸੀ ਪਰ ਬਹੁਤ ਹੀ ਹਾਂਜੀ ਹਾਂਜੀ ਗ੍ਰੇਟ ਮੈਮ ਅੱਛਾ ਰੋਟੀ ਰੋਟੀ ਵਧੀਆ ਮਿਲਦੀ ਸੀ ਉੱਥੇ ਸੈੱਟ 'ਤੇ ਹਾਂ ਬਹੁਤ ਵਧੀਆ ਮਿਲਦੀ ਸੀ ਤੁਹਾਨੂੰ ਤਾਂ ਪੁੱਛਿਆ ਹਾਂ ਮੈਂ ਉਹਨੇ ਕਹਿ ਰਹੀ ਸੀ ਨਾ ਮੈਨੂੰ ਭੁੱਖ ਲੱਗ ਰਹੀ ਹੈ ਤਾਂ ਕਰਕੇ ਬੈਸਟ ਫੂਡ ਵੈਸੇ ਕਿ ਤੁਹਾਨੂੰ ਪਸੰਦ ਲੱਗਦਾ ਘਰੇ ਅਤੇ ਜਦੋਂ ਬਾਹਰ ਜਾਂਦੇ ਹੋ ਕਿਹੋ ਜਿਹਾ
ਬਾਹਰ ਦਾ ਖਾ ਖਾ ਕੇ ਨਾ ਅਸੀਂ ਬੋਰ ਹੋ ਜਾਂਦੇ ਹਾਂ ਸੈੱਟ ਵਾਲੇ, ਅਸੀਂ ਸੈੱਟ 'ਤੇ ਜਾ ਕੇ ਹੁਣ ਘਰ ਦਾ ਖਾਣਾ ਵਧੀਆ ਲੱਗਦਾ, ਦਾਲ ਰੋਟੀ ਸਿੰਪਲ ਮਿਲ ਜਾਵੇ ਉਹ ਤੋਂ ਵਧੀਆ ਕੁਛ ਹੋਈ ਨਹੀਂ। ਉਹ ਖਾ ਕੇ ਨਾ ਕਦੀ ਬੋਰ ਨਹੀਂ ਹੋ ਸਕਦੇ, ਪੀਜ਼ਾ ਖਾਓ ਬਸ ਮਨ ਅੱਕ ਜਾਂਦਾ ਇੱਕ ਟਾਈਮ ਬਾਅਦ, ਪਰ ਰੋਟੀ ਅਤੇ ਦਾਲ ਚਾਵਲ ਬੈਸਟ ਕੌਂਬੀ। ਤੁਸੀਂ ਇੱਕ ਸਟੇਟਸ ਪਾ ਰਹਿੰਦੇ ਨਾ ਕਿ ਘਰ ਦੀ ਰੋਟੀ ਲਿਆਓ, ਤਾਂ ਮੈਂ ਘਰੋਂ ਆਇਆ ਸੀ, ਮੈਂ ਲਿਆ ਨਹੀਂ ਪੈਕ ਕਰਾ ਕੇ। ਅੱਛਾ ਚਲੋ ਅਗਲੀ ਵਾਰ ਫਿਰ ਬੋਲਾਂਗੀ ਜ਼ਰੂਰ, ਤੁਹਾਨੂੰ ਫੋਨ ਕਰਾਂਗੀ। ਅਰੇ ਸ਼ੋਰ, ਇਹ ਹੁਣ ਗੱਲ ਪੱਕੀ ਹੋ ਗਈ ਹੈ, ਮਤਲਬ ਕਿ ਬਹਾਨੇ ਨਾਲ ਤੁਸੀਂ ਨੰਬਰ ਮੰਗ ਰਹੇ। ਸੋ ਕੇ ਫਾਈਨ, ਮੈਂ ਦੇ ਦਾਂਗਾ, ਵੈਸੇ ਮੈਂ ਜ਼ਿਆਦਾਤਰ ਦਿੰਦਾ ਨਹੀਂ ਹੁੰਦਾ ਨੰਬਰ, ਆਪਣਾ ਪਰਸਨਲ ਵਾਲਾ ਮੇਰਾ ਇੱਕੋ ਹੀ ਆ। ਅੱਛਾ ਸੋ ਹੁਣ ਆਪਾਂ ਇੱਕ ਛੋਟਾ ਜਿਹਾ ਰੈਪਿਡ ਫਾਇਰ ਕਰਨਾ ਤੁਹਾਡੇ ਨਾਲ, ਜਵਾਬ ਆਪਾਂ ਫਟਾਫਟ ਕਰਨੇ, ਠੀਕ ਹੈ? ਓਕੇ, ਪਾਵਰਫੁਲ ਸਕ੍ਰਿਪਟ ਜਾਂ ਫਿਰ ਪਾਵਰਫੁਲ ਕਰੈਕਟਰ? ਪਾਵਰਫੁਲ ਸਕ੍ਰਿਪਟ। ਸਟਰੀਟ ਫੂਡ ਜਾਂ ਡਾਇਟ ਫੂਡ? ਸਟਰੀਟ ਫੂਡ। ਤੁਸੀਂ ਜਿਮ ਜਿਮ ਜਾਂਦੇ ਹੋ ਵੈਸੇ? ਹਾਂ ਮੈਂ ਜਿਮ ਜਾਂਦੀ ਹਾਂ, ਵੈਸੇ ਨਾ ਮੈਂ ਬਲੈਸਡ ਹੈਗੀ, ਮੈਂ ਕੁਛ ਵੀ ਖਾ ਲਾਂ ਨਾ ਖਾਣਾ ਲੱਗਦਾ ਨਹੀਂ ਹੈ, ਐਂਡ ਜਿਮਿੰਗ ਵੀ ਕਰਦੀ ਹਾਂ, ਐਕਸਰਸਾਈਜ਼ ਵੀ ਕਰਦੀ। ਸਾਰੇ ਪੁੱਛਦੇ ਤੇਰੀ ਫਿਟਨੈਸ ਦਾ ਰਾਜ਼ ਕੀ ਹੈ, ਪੁੱਛਦੇ ਤੁਸੀਂ ਤਾਂ ਬੜਾ ਡਾਇਟ ਫੂਡ ਖਾਂਦੇ ਹੋ, ਇਹੋ ਜਿਹਾ ਕੁਛ ਨਹੀਂ ਹੈ, ਮੈਂ ਸਭ ਕੁਛ ਖਾਂਦੀ ਹਾਂ, ਪਰਾਂਠੇ ਵਾਂਠੇ ਪੂਰੀ ਪਿਓਰ ਪੰਜਾਬਣ ਹੈ, ਮੈਨੂੰ ਖਾਣ ਦਾ ਬਹੁਤ ਹੀ, ਮੈਂ ਬਹੁਤ ਹੀ ਫੂਡ ਹੀ ਰਹੀ ਹਾਂ, ਪਰ ਇਹ ਹੈ ਕਿ ਲੰਬੇ ਲੋਕਾਂ ਦਾ ਨਾ ਕਿਤੇ ਨਾ ਕਿਤੇ ਐਡਜਸਟ ਹੋ ਜਾਂਦਾ। ਜਿਵੇਂ ਤੁਸੀਂ ਕਹਿੰਦੇ ਤੁਸੀਂ ਪੂਰੇ ਪੰਜਾਬੋਂ ਹੋ, ਹੈ ਨਾ, ਮਤਲਬ ਕਿ ਪੰਜਾਬੀ ਬੋਲਦੇ ਹੋ, ਪਰ ਤੁਹਾਡੇ ਬੋਲਣ ਦੇ ਵੀ ਇਹ ਨਾ ਲੱਗਦਾ ਕਿ ਯਾਰ ਤੁਸੀਂ ਨਾ ਕਿਤੇ ਬਾਹਰ ਬੋਲ ਰਹਿਣ ਨਾਲ ਹੀ ਲੱਗ ਰਹੇ ਹੋ ਮੈਨੂੰ। ਹਾਂ ਕਈ ਲੋਕ ਨਾ ਭੁਲੇਖਾ ਖਾ ਜਾਂਦੇ, ਦੇਖਦੇ ਆ ਤਾਂ ਫੋਰਨਰ ਲੱਗਦੀ, ਫਿਰ ਮੈਂ ਜਦ ਬੋਲਦੀ ਹਾਂ ਪੰਜਾਬੀ ਜਾਂ ਹਿੰਦੀ 'ਚ, ਲੋਕ ਕਹਿੰਦੇ ਤੁਸੀਂ ਪੰਜਾਬੀ ਹੋ, ਮੈਂ ਔਰ ਜਾਣ ਕੇ ਮੈਂ ਫਿਰ ਪੂਰੀ ਪੰਜਾਬੀ ਬੋਲਦੀ ਹਾਂ, ਲੋਕ ਸ਼ੌਕ ਹੀ ਹੋ ਜਾਂਦੇ ਕਿ ਇਹ ਤਾਂ ਫੋਰਨਰ ਲੱਗਦੀ ਹੈ। ਨਹੀਂ ਗਾਲਾ ਗੁਲਾ ਤਾਂ ਨਹੀਂ ਕੱਢਦੀ। ਓਕੇ, ਦ ਨੈਕਸਟ ਇਜ਼ ਕਿ ਵੈਬ ਸੀਰੀਜ਼ ਜਾਂ ਫਿਰ ਫੀਚਰ? ਫੀਚਰ। ਕਿਹੜਾ ਸੀਨ ਜ਼ਾਰਾ ਤੁਹਾਡੇ ਲਈ ਔਖਾ ਹੋਏਗਾ, ਟਫ ਹੋਏਗਾ, ਰੋਮਾਂਟਿਕ ਸੀਨ ਜਾਂ ਫਿਰ ਇਮੋਸ਼ਨਲ? ਰੋਮਾਂਟਿਕ ਸੀਨ, ਕਿਉਂਕਿ ਇਮੋਸ਼ਨਲ ਸੀਨ ਤਾਂ ਮੈਂ ਬਹੁਤ ਈਜ਼ੀਲੀ ਕਰਾਂ, ਮੈਂ ਬਹੁਤ ਹੀ ਰੋਂਦੂ ਹਾਂ, ਤਾਂ ਰੋਣਾ ਮੇਰੇ ਲਈ ਈਜ਼ੀਲੀ ਹੈ, ਸੈਂਸਿਟਿਵ ਹੈਗੀ, ਵਲਨਰੇਬਲ ਹੈਗੀ ਹਾਂ, ਅਤੇ ਰੋਮਾਂਟਿਕ ਸੀਨ ਕਰਨਾ ਥੋੜ੍ਹਾ ਜਿਹਾ ਥੋੜ੍ਹਾ। ਅੱਛਾ, ਵੈਬ ਸੀਰੀਜ਼ ਜਾਂ ਫੀਚਰਸ? ਫੀਚਰ। ਅੱਛਾ, ਇੱਕ ਡਰੈਸ ਨੂੰ ਕਿੰਨੀ ਵਾਰ ਪਾ ਲੈਂਦੇ ਹੋ? ਇੱਕ ਵਾਰ ਇੰਸਟਾਗ੍ਰਾਮ 'ਚ ਫੋਟੋ ਆ ਗਈ, ਫਿਰ ਦੁਬਾਰਾ ਨਾ ਜੀ ਨਹੀਂ ਕਰਦਾ ਪਾਉਣ ਦਾ, ਪਰ ਪਰ ਵੈਸੇ ਪਾ ਲੈਂਦੀ ਹਾਂ, ਪਰ ਫੋਟੋ ਇੱਕ ਵਾਰੀ ਪਾਉਂਦੇ ਹਾਂ। ਵੈਸੇ ਵੀ ਫੋਨ ਦੇ ਵਿੱਚ ਜਦੋਂ ਆਪਾਂ ਕਿਸੇ ਫੰਕਸ਼ਨ 'ਤੇ ਜਾਂਦੇ ਹਾਂ ਤਾਂ ਫੋਟੋ ਆਪਾਂ ਚਾਹੇ ਬਹੁਤ ਖਿੱਚ ਲੈਂਦੇ, ਲੇਕਿਨ ਪਾਉਂਦੇ ਪਰ ਆਪਾਂ ਦੋਤੇ ਨਹੀਂ, ਫਿਰ ਉਹ ਡਰੈਸ ਪਤਾ ਨਹੀਂ ਅੱਛੀ ਲੱਗਦੀ ਕਿ ਹਾਈ ਇੰਸਟਾਗ੍ਰਾਮ 'ਚ ਤਾਂ ਪਾ ਲਈ, ਹੁਣ ਹੋਰ ਕੋਈ ਡਰੈਸ ਹੁੰਦੇ ਰਹਿੰਦੇ। ਵੈਸੇ ਜ਼ਿਆਦਾ ਤੁਹਾਡੀ ਫੇਵਰੇਟ ਡਰੈਸਿਸ ਕਿਹੜੀਆਂ, ਮਤਲਬ ਵੈਸਟਰਨ ਪਾਉਂਦੇ ਹੋ, ਸੂਟ ਪਾਉਂਦੇ ਹੋ ਜਾਂ? ਮੈਨੂੰ ਲੱਗਦਾ ਮੈਂ ਸੂਟ 'ਚ ਸਭ ਤੋਂ ਬੈਸਟ ਲੱਗਦੀ ਹੈ, ਸੂਟ ਦੇਖਣ ਦਾ ਮੈਨੂੰ ਮਾੜਾ ਨਹੀਂ ਯਾਰ, ਪਰ ਸੀਰੀਅਸਲੀ ਤੁਸੀਂ ਸੱਚ, ਤੁਸੀਂ ਉਦੀ ਬਹੁਤ ਸੋਹਣੇ ਹੋ, ਚਾਮ ਹੁੰਦਾ ਨਾ, ਮਤਲਬ ਨੋਟ ਆ ਫਲੱਡ ਟਾਈਪ, ਇੱਕ ਚਾਮ ਹੁੰਦਾ ਫੇਸ 'ਤੇ, ਇੱਕ ਚਮਕ ਹੁੰਦੀ ਆ, ਐਂਡ ਦੇਖ ਕੇ ਖੁਦ ਇੱਕ ਉੱਦਾਂ ਦੀ ਫੀਲਿੰਗ ਆਉਂਦੀ ਆ, ਨੋ ਡਾਊਟ, ਹੈ ਨਾ? ਆਪਾਂ ਫਸਟ ਟਾਈਮ ਮਿਲਿਆ ਤੁਹਾਨੂੰ, ਅਸੀਂ ਵੀ ਲੋਕਾਂ ਅੱਗੇ ਵੀ, ਤੁਸੀਂ ਫਸਟ ਟਾਈਮ ਐਜ਼ ਅ ਡੈਬਿਊ ਫਿਲਮ ਕਰ ਰਹੇ ਹੋ, ਤਾਂ ਇੱਕ ਦੇਖ ਕੇ ਹੁੰਦਾ ਕਿ ਹਾਂ ਯਾਰ ਆਰਟਿਸਟ ਕਿਹੋ ਜਿਹਾ ਹੋਏਗਾ, ਐਂਡ ਨੋ ਡਾਊਟ ਤੁਸੀਂ ਬਹੁਤ ਬਲੈਸ ਸੋਲ ਹੋ, ਬੜਾ ਅੱਛਾ ਲੱਗ ਰਿਹਾ ਗੱਲ ਕਰਕੇ। ਕੰਟੀਨਿਊ ਕਰੀਏ ਆਪਾਂ, ਕਿੰਨੇ 'ਚ ਹੋ ਜਾਏਗਾ ਫਲੈਟ? ਥੈਂਕ ਯੂ, ਇੰਨੀ ਹੋਰ ਬਸ ਹੋਰ ਦੱਸ, ਕਿੰਨੀਆਂ ਤਾਰੀਫਾਂ ਚਾਹੀਦੀਆਂ ਤੈਨੂੰ? ਅੱਛਾ, ਇੰਸਟਾਗ੍ਰਾਮ, ਫੇਸਬੁੱਕ ਜਾਂ ਫਿਰ ਸਨੈਪਚੈਟ? ਇੰਸਟਾਗ੍ਰਾਮ, ਇੰਸਟਾਗ੍ਰਾਮ ਅਡਿਕਟਡ ਹੂੰ। ਓਕੇ, ਟੀ ਵੀ ਜਾਂ ਫਿਰ ਫੋਨ? ਫੋਨ, ਟੀ ਵੀ ਨਹੀਂ ਮੈਂ ਦੇਖਦੀ, ਟੀ ਵੀ ਦੇਖਣ ਦਾ ਸ਼ੌਕ ਨਹੀਂ ਹੈ। ਓਕੇ, ਕਿਉਂਕਿ ਅੱਜ ਕੱਲ੍ਹ ਆਪਾਂ ਡਿਜੀਟਲ ਹੋ ਗਏ, ਨੋਟ ਹੋ ਗਏ, ਸਹੀ ਗੱਲ ਹੈ। ਹੁਣ ਦੱਸਣਾ ਕਿ ਇਹਦੇ ਵਿੱਚ ਤੁਸੀਂ, ਤੁਹਾਨੂੰ ਪਸੰਦ ਹੈ ਕਿ ਨਹੀਂ ਪਸੰਦ ਹੈ, ਠੀਕ ਹੈ, ਲਾਈਕ ਔਰ ਨੋਟ? ਗੋਸਿਪ, ਯੈਸ, ਥੋੜ੍ਹੀ ਬਹੁਤ ਗੋਸਿਪ, ਕਈ ਵਾਰ ਜੀ ਕਰਦਾ ਯਾਰ ਗੋਸਿਪ ਕਰਨ ਦਾ ਵੀ, ਵੈਸੇ ਵੀ ਹੁੰਦਾ ਨਾ, ਚੱਕ ਲਓ ਫੋਨ, ਤੁਹਾਡਾ ਮੈਨੂੰ ਫੂਡ ਆ ਗਿਆ। ਨਹੀਂ ਕਰਨੀ ਚਾਹੀਦੀ, ਫਿਰ ਵੀ ਕਹਿੰਦੇ ਪੇਟ 'ਚ ਕੋਈ ਗੱਲ ਨਹੀਂ ਪਚਦੀ, ਬਸ ਹੋ ਹੀ ਜਾਂਦਾ ਗੋਸਿਪ। ਨਾਈਸ, ਓਕੇ, ਤੁਹਾਨੂੰ ਲੱਗਦਾ ਕਿ ਜੇ ਤੁਹਾਡੇ ਟ੍ਰੋਲਸ ਹੋਣ ਤਾਂ ਤੁਹਾਨੂੰ ਕਿਹੋ ਜਿਹਾ, ਤੁਹਾਨੂੰ ਵਧੀਆ ਲੱਗੂਗਾ ਕਿ ਨਹੀਂ? ਮੈਂ ਕਿਹਾ, ਮੈਂ ਦੱਸਿਆ ਨਾ ਕਿ ਥੋੜ੍ਹੀ ਜਿਹੀ ਸੈਂਸਿਟਿਵ ਹੈ, ਬੁਰਾ ਲੱਗਦਾ ਹੈ, ਟ੍ਰੋਲ ਹੋਵਾਂਗੀ ਤਾਂ। ਜੰਕ ਫੂਡ? ਯੈਸ, ਮੈਨੂੰ ਪੀਜ਼ਾ ਬਹੁਤ ਪਸੰਦ ਹੈ, ਜੰਕ ਫੂਡ, ਯੈਸ। ਅੱਛਾ, ਡਾਂਸ ਇਨ ਰੇਨ? ਹਾਏ, ਮੈਨੂੰ ਡਾਂਸ ਇਨ ਦਾ ਰੇਨ ਮੇਰਾ ਫੇਵਰੇਟ ਹੈ, ਮੈਨੂੰ ਬਹੁਤ ਪਸੰਦ ਹੈ। ਕਦੇ ਕੀਤਾ? ਯੈਸ, ਉਹ ਗਾਣਾ ਨਹੀਂ ਹੈ ਜਿਹੜਾ ਹਿੰਦੀ ਗਾਣਾ, ਇੱਕ ਲੈ, ਨਹੀਂ, ਲੈ ਜਾ ਰੇ ਮਹਿਕੀ ਰਾਤ ਮੇ ਚੁਰਾ ਕੇ ਸਾਰੇ ਰੰਗ ਲੈ ਜਾ, ਪੂਰੀ ਬਾਲੀਵੁੱਡ ਹੀਰੋਇਨ ਵਾਲੀ ਫੀਲਿੰਗ ਲੈ ਕੇ ਨਾ, ਮੈਨੂੰ ਬੜਾ ਮਜ਼ਾ ਆਉਂਦਾ ਇਸ ਗਾਣੇ 'ਤੇ ਨੱਚਾ, ਐਂਡ ਬਾਰਿਸ਼ 'ਚ ਬਹੁਤ ਮਜ਼ਾ ਆਉਂਦਾ। ਮੈਨੂੰ ਲੱਗਦਾ ਜੇ ਤੁਹਾਡੇ ਨਾਲ ਗੱਲ ਕਰਕੇ ਨਾ, ਕਿ ਤੁਸੀਂ ਜਿਵੇਂ ਘਰੇ ਵੀ ਜਦੋਂ ਫ੍ਰੀ ਹੋਵੋ ਤਾਂ ਸ਼ੀਸ਼ੇ 'ਚ ਅੱਗੇ ਇੱਦਾਂ ਇਹੋ ਜਿਹੀਆਂ ਕਰਦੇ ਰਹਿੰਦੇ ਹੋ? ਹਾਂ ਬਿਲਕੁਲ, ਬਹੁਤ ਹੀ ਸੈਲਫ ਓਬਸੈਸਡ ਹਾਂ ਮੈਂ, ਮਤਲਬ ਕਿਸੇ ਦੀ ਲੋੜ ਹੀ ਨਹੀਂ, ਮੈਂ ਆਪਣੇ ਹੀ ਡਾਂਸ ਕਰਦੀ ਰਹਿੰਦੀ ਹਾਂ, ਮਜ਼ੇ ਕਰਦੀ ਰਹਿੰਦੀ, ਕੁਛ ਨਾ ਕੁਛ ਨੌਟੰਕੀਆਂ ਕਰਦੀ ਰਹਿੰਦੀ, ਘਰੇ ਐਕਟਿੰਗ ਕਰਦੀ ਰਹਿੰਦੀ, ਬਹੁਤ ਮਜ਼ੇ ਕਰਦੀ।
ਨਾਈਸ ਓਕੇ ਅੱਛਾ ਪਟਾਕੇ ਚਲਾਉਣੇ ਵਧੀਆ ਲੱਗਦੇ ਹੂੰ ਪਟਾਕੇ ਚਲਾਉਣੇ ਠੀਕ ਲੱਗਦੇ ਜ਼ਿਆਦਾ ਨਹੀਂ ਜ਼ਿਆਦਾ ਸ਼ੌਂਕ ਨਹੀਂ ਪਟਾਕੇ ਬਚਪਨ 'ਚ ਬੜਾ ਸ਼ੌਂਕ ਸੀ ਹੁਣ ਨਹੀਂ ਇੰਨਾ ਹੁਣ ਨਹੀਂ ਆਇਆ ਓਕੇ ਠੀਕ ਹੈ ਰਹਿ ਗਿਆ ਜੀ ਓਕੇ ਨਾਈਟ ਪਾਰਟੀਜ਼ ਨਾਈਟ ਪਾਰਟੀਜ਼ ਨਹੀਂ ਮੈਨੂੰ ਪਾਰਟੀਜ਼ ਦਾ ਇੰਨਾ ਸ਼ੌਂਕ ਨਹੀਂ ਮੈਨੂੰ ਨਾ ਪਾਰਟੀਜ਼ ਦਾ ਸ਼ੌਂਕ ਨਹੀਂ ਥੋੜ੍ਹਾ ਮੈਨੂੰ ਸੋਸ਼ਲੀ ਇੰਨਾ ਵਧੀਆ ਨਹੀਂ ਲੱਗਦਾ ਜ਼ਿਆਦਾ ਹਾਊਸ ਪਾਰਟੀਜ਼ ਫਿਰ ਵੀ ਵਧੀਆ ਲੱਗਦੀ ਕਿਸੇ ਨੂੰ ਜਾਣਦੇ ਨਹੀਂ ਆ ਵੀ ਨੱਚੀ ਜਾਓ ਪਾਗਲ ਵਾਂਗੂ ਮੈਨੂੰ ਨਹੀਂ ਪਸੰਦ ਮੈਂ ਉਸ ਜਗ੍ਹਾ 'ਤੇ ਜਾ ਕੇ ਜਾਣਾ ਚਾਹੁੰਦਾ ਕਿਉਂਕਿ ਮੈਨੂੰ ਤਾਂ ਕੋਈ ਜਾਣਦਾ ਤਾਂ ਹੈ ਨਹੀਂ ਗਾ ਫਿਰ ਮੈਂ ਖੁੱਲ੍ਹ ਕੇ ਆਇਆ ਉਹਨੂੰ ਪੂਰੀ ਪੜ੍ਹਾ ਸਕੱਢ ਕੇ ਆਉਂਦਾ ਮੈਂ ਇਕੱਲੇ ਜਾਂਦਾ ਨਾ ਇਹ ਵੀ ਸਹੀ ਹੈ 10% ਬੈਟਰੀ ਹੈਗੀ ਸਾਡੇ ਫੋਨ ਦੀ ਹੁਣ ਲਾਸਟ ਹੈਗਾ ਜੀ ਕਿ ਤੁਹਾਨੂੰ ਸਟੋਰੀ ਅਪਡੇਟ ਕਰਨਾ ਜ਼ਿਆਦਾ ਪਸੰਦ ਆ ਕਿ ਨਹੀਂ ਪਸੰਦ ਹੈ ਬਿਲਕੁਲ ਅਪਡੇਟ ਕਰਨਾ ਫੂਡ ਹੋ ਗਿਆ ਜਾਂ ਕੋਈ ਨਵੇਂ ਕੱਪੜੇ ਦਾ ਐਡਰੈਸ ਕਰ ਦਿਓ ਇਹ ਕਰਦੀ ਹਾਂ ਬਿਲਕੁਲ ਕਰਦੀ ਤੁਸੀਂ ਕਦੇ ਮੇਰੀ ਸਟੋਰੀਆਂ ਦੇਖੋਗੇ ਸਪੈਸ਼ਲੀ ਆਪਣੇ ਫੇਸ ਦਿਖਾਉਣਾ ਹੈ ਦੇਖੋ ਅੱਜ ਮੈਂ ਕਿਵੇਂ ਦੀ ਲੱਗ ਰਹੀ ਹਾਂ ਐਵੇਂ ਦੀ ਅੱਜ ਮੇਰਾ ਮੇਕਅਪ ਇੰਜ ਹੈ ਐਵੇਂ ਜਿਹੀ ਸਟੋਰੀਆਂ ਪਾਉਣੀ ਵਧੀਆ ਲੱਗਦੀ ਥ੍ਰੀ ਥਿੰਗਸ ਯੂ ਨੋਟਿਸਡ ਇਨ ਬੋਏ ਮਤਲਬ ਕੋਈ ਵੀ ਐਵੇਂ ਮੰਨ ਲਓ ਤੁਹਾਨੂੰ ਹੁੰਦਾ ਹੀ ਡੈਫੀਨੇਟਲੀ ਹਰ ਇੱਕ ਨੂੰ ਨਾ ਕ੍ਰੋਸਟੀ ਆਊਟ ਆਫ ਕ੍ਰੋਸਟੀ ਕੀ ਨੋਟਿਸ ਕਰਦੇ ਹੋ ਮੁੰਡਿਆਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਹਾਈਟ ਕਿਉਂਕਿ ਮੇਰੀ ਹਾਈਟ ਹੈਗੀ 5'9" ਤੋਂ ਮੇਰੇ ਮੁਕਾਬਲੇ ਤਾਂ ਹੋਣਾ ਚਾਹੀਦਾ ਥੋੜ੍ਹਾ ਜਿਹਾ ਲੰਬਾ ਮੈਂ ਉਸ ਦੀ ਲੰਬਾ ਮੁੰਡਾ ਹੈ ਫਿਰ ਉਹ ਚੀਜ਼ ਰਿਜੈਕਟ ਹੋ ਗਿਆ ਸੀ ਦੂਜੀ ਚੀਜ਼ ਆਈਜ਼ ਐਂਡ ਤੀਜੀ ਚੀਜ਼ ਲੁੱਕਸ ਦੀ ਗੱਲ ਕਰ ਰਹੇ ਹੋ ਨਾ ਬਾਏ ਮੁੰਡੇ 'ਚ ਕੀ ਨੋਟ ਕਰਦੇ ਹੋ ਤੁਹਾਡੇ 'ਤੇ ਹਾਂ ਐਂਡ ਤੀਸਰੀ ਚੀਜ਼ ਕਮਿਊਨੀਕੇਸ਼ਨ ਸਕਿੱਲਸ ਕਿਵੇਂ ਉਹਦੀ ਗੱਲ ਕਰਦੇ ਆ ਉਹ ਬਹੁਤ ਮਾਇਨੇ ਰੱਖਦਾ ਸ਼ਕਲ ਬਹੁਤ ਵਧੀਆ ਹੋਵੇ ਗੱਲ ਕਰੇ ਤਾਂ ਫਿਰ ਮਜ਼ਾ ਨਾ ਫਿਰ ਉਹ ਚੀਜ਼ ਦੀ ਗੱਲ ਹੁਣ ਲਾਸਟ ਕੁਛ ਨਹੀਂ ਕਰਨਾ ਕੋਈ ਸਵਾਲ ਨਹੀਂ ਜੋ ਸਵਾਲ ਜਵਾਬ ਹੋ ਗਏ ਸਭ ਕੁਛ ਹੋ ਗਿਆ ਆਪਣੀ ਤਾਰੀਫ ਦੇ ਵਿੱਚ ਬੋਲਦੇ ਮੈਨੂੰ ਪਤਾ ਤੁਹਾਡੇ ਕੋਲ ਬਹੁਤ ਕੁਛ ਆਇਆ ਸਾਹਮਣੇ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਮ ਇਤਨੀ ਖੂਬਸੂਰਤ ਲੱਗੋ ਨਾਟ ਫੇਅਰ ਨਾਈਸ ਅੱਛਾ ਕੋਈ ਮਤਲਬ ਕਿਸੇ ਨੂੰ ਐਡਮਾਇਰ ਕਰਦੇ ਹੋ ਕੋਈ ਕੋਈ ਬਾਲੀਵੁੱਡ ਐਕਟਰਸ ਹੋਵੇ ਜਾਂ ਹਾਲੀਵੁੱਡ ਹੋਵੇ ਜਾਂ ਕਿਉਂਕਿ ਹਰ ਇੱਕ ਨੂੰ ਹੁੰਦਾ ਤਾਂ ਹੈਗਾ ਡੈਫੀਨੇਟਲੀ ਕੋਈ ਨਾ ਕੋਈ ਹੁੰਦਾ ਬਾਲੀਵੁੱਡ 'ਚ ਮੈਨੂੰ ਕਰੀਨਾ ਕਪੂਰ ਦੀ ਐਕਟਿੰਗ ਬਹੁਤ ਪਸੰਦ ਹੈ ਐਂਡ ਪੰਜਾਬ 'ਚ ਸਰਗੁਣ ਮਹਿਤਾ ਗ੍ਰੇਟ ਹੁਣ ਤੁਸੀਂ ਮਤਲਬ ਲਾਸਟ ਸਭ ਕੁਝ ਛੱਡ ਦਿਓ ਤਰੀਫਾ ਤਰੂਫਾ ਜਿਹੜੀਆਂ ਹੁਣ ਤੁਸੀਂ ਕਰ ਰਹੇ ਹੋ ਹੁਣ ਤੁਸੀਂ ਐਂਕਰ ਦੀਆਂ ਤਰੀਫਾਂ ਕਰਨੀਆਂ ਚੈਨਲ ਵਾਲੇ ਦੀਆਂ ਜਿਹੜਾ ਮੁੰਡਾ ਨਾਲ ਤੁਹਾਡੇ ਬੈਠਾ ਹੈ ਯਾਰ ਇਹ ਮੁੰਡਾ ਕਿੰਨਾ ਸੋਹਣਾ ਹੈ ਇੰਨੀ ਵਧੀਆ ਐਂਕਰਿੰਗ ਕਰਦਾ ਕੀ ਨਹੀਂ ਹੈਗਾ ਇਹਦੀ ਇੰਨਾ ਟੈਲੈਂਟ ਕਿਵੇਂ ਕੋਈ ਇੱਕ ਬੰਦੇ 'ਚ ਕਿਵੇਂ ਹੋ ਸਕਦਾ ਯਾਰ ਮਤਲਬ ਯਕੀਨ 'ਚ ਨਹੀਂ ਹੋ ਰਿਹਾ ਅੱਜ ਤਾਂ ਮੈਨੂੰ ਨੀਂਦ ਨਹੀਂ ਆਉਣੀ ਸੱਚੀ ਤੁਹਾਨੂੰ ਦੇਖ ਲਿਆ ਬਸ ਮੈਂ ਤੁਹਾਨੂੰ ਅੱਜ ਯਕੀਨ ਹੋਣਾ ਜਾਣਾ ਚਾਹੀਦਾ ਕਿ ਇੱਕ ਮੁੰਡੇ 'ਚ ਇੰਨਾ ਟੈਲੈਂਟ ਵੀ ਹੋ ਸਕਦਾ ਮਤਲਬ ਅਨਬਿਲੀਵੇਬਲ ਹੈ ਤੁਸੀਂ ਜਿਹੜਾ ਹੀਰਾ ਨਾ ਐਨਆਰਆਈ ਵਾਲੇ ਲੱਭਿਆ ਸਹੀ ਗੱਲ ਹੈ ਕਿੱਥੇ ਸੀ ਤੁਸੀਂ ਦੁਨੀਆ ਤੁਹਾਨੂੰ ਹੀ ਲੱਭ ਰਹੀ ਸੀ ਤੁਹਾਡਾ ਫੂਡ ਆ ਗਿਆ ਇਹ ਤਾਰੀਫ ਦੇ ਵਿੱਚ ਦੇਖਿਆ ਤਾਰੀਫ ਦੇ ਵਿੱਚ ਉਹ ਫੋਨ ਆ ਗਿਆ ਸੀਗਾ ਸੋ ਬਹੁਤ ਅੱਛਾ ਲੱਗਿਆ ਮੈਮ ਤੁਹਾਡੇ ਨਾਲ ਗੱਲ ਕਰਕੇ ਸੈਬੀ ਜੀ ਐਂਡ ਬਲੈਸਡ ਸੋਲ ਤੁਸੀਂ ਬਹੁਤ ਅੱਛਾ ਲੱਗਾ ਪੋਜ਼ਿਟਿਵ ਫੀਲ ਹੈ ਤੁਹਾਡੇ 'ਚ ਐਂਡ ਨੋ ਡਾਊਟ ਜਿਹੜੀ ਫਿਲਮ ਆ ਤੁਹਾਡੀ ਉਹ ਵੀ ਬਹੁਤ ਵਧੀਆ ਜਾਵੇ ਸਾਡੀਆਂ ਬਲੈਸਿੰਗਸ ਆ ਵਿਸ਼ੀਜ਼ ਆ ਤੁਹਾਨੂੰ ਅਤੇ ਚੜ੍ਹਦੇ ਫਿਰਦੇ ਲੋਕ ਮੈਂ ਇਹ ਕਹਿਣਾ ਚਾਹਾਂਗੀ 19 ਅਗਸਤ ਨੂੰ ਜ਼ਰੂਰ ਦੇਖਿਓ ਬਾਈ ਜੀ ਕੁੱਟਣਗੇ ਹਾਸਿਆਂ ਦੇ ਪਟਾਕੇ ਫੁੱਟਣਗੇ ਥੈਂਕ ਯੂ ਸੋ ਮਚ ਥੈਂਕ ਯੂ ਜੀ ਬਾਬਾ ਗੁਰੂ ਵਿਜੇ ਸ਼ਾਸਤਰੀ ਜੀ ਵਰਲਡ ਫੇਮਸ ਲੁਧਿਆਣਾ ਵਾਲੇ ਕਾਲ ਜਾਂ ਵਟਸਐਪ ਕਰੋ +9198151561 ਕੀ ਤੁਸੀਂ ਪਰੇਸ਼ਾਨ ਹੋ ਕਿ ਤੁਹਾਡਾ ਕੰਮ ਨਹੀਂ ਬਣ ਰਿਹਾ ਚਿੰਤਾ ਨਾ ਕਰੋ ਤੁਹਾਡੀ ਕਿਸਮਤ ਜਾਗ ਰਹੀ ਹੈ 101% ਗਰੰਟੀਡ ਸਪੈਸ਼ਲਿਸਟ ਇਨ ਲਵ ਮੈਰਿਜ ਵਿਆਹ 'ਚ ਰੁਕਾਵਟ ਰਾਜ ਦਰਬਾਰ 'ਚ ਚਿੱਤ ਵਸ਼ੀਕਰਨ ਸੌਤਨ ਦੁਸ਼ਮਣ ਤੋਂ ਛੁਟਕਾਰਾ ਪਤੀ ਪਤਨੀ 'ਚ ਅਣਬਣ ਘਰੇਲੂ ਕਲੇਸ਼ ਨੌਕਰੀ ਕਾਰੋਬਾਰ ਬੱਚਿਆਂ ਦੀ ਪੜ੍ਹਾਈ ਅਤੇ ਮਨਮਰਜ਼ੀ ਵਿਦੇਸ਼ ਯਾਤਰਾ ਕਰਜ਼ਾ ਮੁਕਤੀ ਲੋਟਰੀ ਬੇ ਔਲਾਦ ਇੱਕ ਵਾਰ ਕਾਲ ਜਾਂ ਵਟਸਐਪ ਜ਼ਰੂਰ ਕਰਨ ਗੁਰੂ ਵਿਜੇ ਸ਼ਾਸਤਰੀ ਜੀ +9198151561 ਮੀਆਂ ਭਾਰਤੀ ਜੀ +9198151520 ਘਰ ਬੈਠੇ ਹਰ ਸਮੱਸਿਆ ਦਾ ਸਮਾਧਾਨ 100% ਗਰੰਟੀਡ ਕਰਵਾਓ ਉਪਰੀ ਹਵਾ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਪ੍ਰੇਮ ਵਿਵਾਹ ਮਨਚਾਹ ਪਿਆਰ ਲਾਟੋ ਲਾ ਇਲਾਜ ਬਿਮਾਰੀ ਪਤੀ ਪਤਨੀ ਦੇ ਝਗੜੇ ਦੁਸ਼ਮਣ ਸੌਤਨ ਨੌਕਰੀ ਕਾਰੋਬਾਰ ਘਰੇਲੂ ਕਲੇਸ਼ ਅਤੇ ਕੋਰਟ ਕਚਹਿਰੀ ਤੋਂ ਛੁਟਕਾਰਾ ਵਿਦੇਸ਼ ਯਾਤਰਾ ਵਿੱਚ ਰੁਕਾਵਟਾਂ ਆਪਣੇ ਕਰੀਅਰ ਵਿੱਚ ਸਫਲਤਾ ਪ੍ਰਾਪਤ ਕਰੋ ਕਾਲ ਔਰ ਵਟਸਐਪ ਜਾਂ ਭਾਰਤੀ ਜੀ +9198151520